ਹੋ ਗਿਆ ਸ਼ੁਰੂ ਹੋ ਗਿਆ ਸ਼ੁਰੂ ਸਰ ਬੰਦੇ ਸਾਡੇ ਡੈਡ ਹੋਏ ਪਏ ਆ ਹੈਲੋ ਗਾਇਸ ਵੈਲਕਮ ਟੂ ਅਨਦਰ ਵਲੌਗ ਹੋ ਗਿਆ ਸ਼ੁਰੂ ਸਰ ਆਪਾਂ ਨਵਾਂ ਨਵਾਂ ਵਲੌਗ ਨਵਾਂ ਨਵਾਂ ਦਿਨ ਦੁਬਾਰਾ ਫਿਰ ਵੀਰਵਾਰ ਆਪਾਂ ਤਿੰਨ ਜਣੇ ਫਿਰ ਚੱਲੇ ਮਤਾ ਹੈਲੋ ਗਾਇਸ ਕਰ ਦੋ ਸ਼ਰਮਾ ਜੀ ਹਾਏ ਵੀ ਆਰ ਬੈਕ ਅਗੇਨ ਇਹਨਾਂ ਪਾਣੀ ਤੇਰੀ ਸ਼ਰਟ ਗਿੱਲੀ ਹੋਈ ਆ ਬਾਈ ਸ਼ਰਟ ਗਿੱਲੀ ਕਰੀਏ ਮੌਸਮ ਦੇਖੋ ਕਿੰਨਾ ਸੋਹਣਾ ਹੋਇਆ ਇਸ ਬਾਕੀ ਤੁਹਾਨੂੰ ਦੱਸਦੇ ਹਾਂ ਜੋ ਵੀ ਹੈਗਾ ਗੁੱਡ ਸੀਨ ਵੈਰੀ ਗੁੱਡ ਸੀਨ ਰਾਨਾ ਜੀ ਕੋਈ ਗੱਲਬਾਤ ਸੁਣਾ ਦੋ ਵਲੌਗ ਲਈ ਯਾਰ ਐਸ ਯੂਜੂਅਲ ਲੈਂਚ ਖੜੇ ਆ ਲੈਂਚ ਸੀਐਨਜੀ ਬੋਰਡ ਨੂੰ ਯਾਰ ਮੈਂ ਤੁਹਾਡੇ ਕੋਲ ਕੋਈ ਟੌਪਿਕ ਹਜੇ ਕੁਝ ਨਹੀਂ ਹੈ ਹਜੇ ਦਿਨ ਚੜੇ ਆ ਹਜੇ ਦਿਨ ਮੱਥਾ ਟੇਕ ਕੇ ਚਾਰ ਜੋਏਂਗੇ ਸ਼ਰਮਾ ਜੀ ਫਿਰ ਠੀਕ ਹੈ ਮੱਥਾ ਟੇਕ ਕੇ ਕਹਿੰਦੇ ਤੁਹਾਨੂੰ ਦੱਸਾਂਗੇ ਗੱਲਾਂ ਕਰਾਂਗੇ ਮੱਥਾ ਟੇਕਿਆ ਵਾਪਿਸ ਆ ਰਹੇ ਹਾਂ ਜੀ ਬੰਦੇ ਸਾਡੇ ਡੈਡ ਹੋਏ ਪਏ ਆ ਫਿਰ ਠੀਕ ਹੈ ਮੱਥਾ ਟੇਕ ਕੇ ਕਹਿੰਦੇ ਤੁਹਾਨੂੰ ਦੱਸਾਂਗੇ ਗੱਲਾਂ ਕਰਾਂਗੇ ਰੋਟੀ ਆ ਗਈ ਬੈਕ ਸਟੋਰੀ ਤਾਂ ਬਤਾ ਦੋ ਕਰਾਨਾ ਜੀ ਕਿਉਂ ਰੁਕੇ ਆ ਕਹਾਂ ਜਾ ਰਹੇ ਆ ਕਿਆ ਕਰ ਰਹੇ ਆ ਮੀਡੀਆ ਐਕਸਪੋ ਗੱਡੀ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਪ੍ਰਗਤੀ ਮੈਦਾਨ ਲੋਕੇਸ਼ਨ ਲਗਾਈ ਹੈ ਉੱਥੇ ਜੀ ਐਕਸਪੋ ਆ ਜੀ ਅੱਜ ਮੀਡੀਆ ਐਕਸਪੋ ਕੇ ਕਰਾਣਾ ਮੀਡੀਆ ਐਕਸਪੋ ਹੈ ਮੀਡੀਆ ਤੇ ਆਪਾਂ ਯਾਰ ਇੱਕ ਮਿੰਟ ਐਡਜਸਟ ਕਰ ਲਈਏ ਹਾਂ ਤੇ ਆਪਾਂ ਬਸ ਮੀਡੀਆ ਐਕਸਪੋ ਜਾ ਰਹੇ ਹਾਂ ਉੱਥੇ ਜਾ ਕੇ ਦਿਖਾਉਂਦੇ ਆ ਬਹੁਤ ਅਲੱਗ ਅਲੱਗ ਤਰ੍ਹਾਂ ਦੀ ਮਸ਼ੀਨਸ ਪ੍ਰਿੰਟਿੰਗ ਮਸ਼ੀਨਸ ਬੇਸਿਕਲੀ ਹੈ ਬਾਈ ਜੀ ਦਾ ਕੰਮ ਪ੍ਰਿੰਟਿੰਗ ਦਾ ਜਿੱਦਾਂ ਪ੍ਰਿੰਟਿੰਗ ਫਲੈਕਸ ਪ੍ਰਿੰਟਿੰਗ ਹੈ ਅਕ੍ਰੈਲਿਕ ਬੋਰਡਸ ਵਗੈਰਾ ਦਾ ਤਾਂ ਉਹਦੇ ਰਿਲੇਟਿਡ ਹੀ ਆ ਆਪਾਂ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਕਿਸ ਟਾਈਪ ਦੀ ਮਸ਼ੀਨਸ ਆ ਸਾਨੂੰ ਵੀ ਅਗਰ ਕਿਸੇ ਨੇ ਕੰਮ ਕਰਨਾ ਹੋਏ ਤਾਂ ਤੁਹਾਨੂੰ ਥੋੜ੍ਹਾ ਆਈਡੀਆ ਹੋ ਜਾਏਗਾ ਕਿ ਕਿਹੜੀ ਮਸ਼ੀਨਸ ਆ ਕਿਆ ਮਸ਼ੀਨ ਦੇ ਤੁਸੀਂ ਕੰਮ ਕਰ ਸਕਦੇ ਹੋ ਤੁਹਾਨੂੰ ਸਾਰਾ ਕੁਝ ਦਿਖਾਉਂਗੇ ਸਾਡੇ ਨਾਲ ਬਸ ਬਣੇ ਰਹੋ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਰਹੋ ਜੇ ਨਹੀਂ ਤੁਹਾਡਾ ਪੈਟ ਡਾਲੋਗੇ ਬੋਲਣਾ ਤੁਸੀਂ ਇਹ ਬੈਲ ਜ਼ਰੂਰ ਆਪਣੀ ਉਹਨੂੰ ਨੋਟੀਫਿਕੇਸ਼ਨ ਦਬਾਣੀ ਹੈ ਬਸ ਕਿ ਸਾਰੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦੀ ਰਹਿਣ ਬਸ ਧਿਆਨ ਰੱਖਿਓ ਸਰ ਬਾਕੀ ਸਾਨੂੰ ਆਪਾਂ ਉੱਥੇ ਪਹੁੰਚ ਕੇ ਅਪਡੇਟ ਦਿੰਦੇ ਆ ਲਓ ਜੀ ਪਹੁੰਚ ਗਏ ਮੀਡੀਆ ਐਕਸਪੋ
ਦੇਖੋ ਸਾਰੀ ਮਸ਼ੀਨ ਸਾਰੀ ਫਲੈਕਸ ਪ੍ਰਿੰਟਿੰਗ ਡਿਜੀਟਲ ਪ੍ਰਿੰਟਿੰਗ ਕਟਿੰਗ ਮਸ਼ੀਨ ਬਹੁਤ ਕੁਛ ਹੈ ਜਿਹਨੇ ਬਿਜ਼ਨਸ ਕਰਨਾ ਹੈ ਕੁਛ ਵੀ ਤਰ੍ਹਾਂ ਦਾ ਇਹ ਐਕਸਪੋ ਹਰ ਸਾਲ ਲੱਗਦਾ ਹੁੰਦਾ ਦਿੱਲੀ ਡੈਫੀਨੇਟਲੀ ਵਿਜ਼ਿਟ ਕਰੋ ਅਗਰ ਕੁਛ ਨਵੇਂ ਆਈਡੀਆਜ਼ ਚਾਹੀਦੇ ਹੈ ਹਾਂਜੀ ਕਿਆ ਕਹਿੰਦੇ ਐਕਸਪੋ ਦੇ ਬਾਰੇ ਤੁਸੀਂ ਦੇਖੋ ਜੀ ਹਮਾਰਾ ਦਿੱਲੀ ਵਾਲਾ ਦੋਸਤ ਦਿੱਲੀ ਦੇ ਬੈਂਚ ਚਲੋ ਇਹ ਜੀ ਲੇਜ਼ਰ ਕਟਿੰਗ ਮਸ਼ੀਨ ਹਾਂਜੀ ਰੁਕੇ ਯਹਾਂ ਪੇ ਵਾਪਿਸ ਪਕੌੜਾ ਗੋਲਡਨ ਹਟ ਰੁਕੇ ਹੈ ਐਕਸਪੋ ਅਬ ਆਪਕੋ ਬਾਕੀ ਕਾ ਅਪਡੇਟ ਦੇਂਗੇ ਘਰ ਜਾ ਕੇ ਵੀ ਕਿਆ ਦੇਂਗੇ ਅਪਡੇਟ ਤੋਂ ਕੁਝ ਆਈ ਨਹੀਂ ਦੇਖ ਲਿਆ ਐਕਸਪੋ ਹੁਣ ਆਪਾਂ ਨੇ ਬਸ ਵੀਡੀਓ ਕੰਪਾਈਲ ਕਰਕੇ ਪਾ ਦੇਣੀ ਵਲੋਗ ਬਣ ਗਿਆ ਸਾਡਾ ਬਸ ਠੀਕ ਹੈ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਬਾਰਿਸ਼ ਵਾਪੇ ਆਏ ਕਰਨਾਲ ਪਹੁੰਚੇ ਜੀ ਬਾਰਿਸ਼ ਹੋ ਰਹੀ ਬਹੁਤ ਜ਼ਬਰਦਸਤ ਮਜ਼ਾ ਆ ਗਿਆ ਜੀ ਲਓ ਜੀ ਫਾਈਨਲ ਸਟੋਪ ਆਪਾਂ ਰੁਕੇ ਜੀ ਡਿਨਰ ਕਰਨ ਲਈ ਅਬ ਦਿੱਲੀ ਸੇ ਵਾਪਿਸ ਆ ਗਏ ਦਿਸ ਇਜ਼ ਦਾ ਢਾਬਾ ਦਿਸ ਇਜ਼ ਦਾ ਕਰਾਨਾ ਜੀ ਦਿਸ ਇਜ਼ ਦਾ ਗਾਡੀ ਕਰਾਨਾ ਜੀ ਥੱਕ ਗਏ ਬਹੁਤ ਜ਼ਿਆਦਾ ਲੰਬੀ ਡਰਾਈਵ ਬਹੁਤ ਜ਼ਿਆਦਾ ਲੰਬੀ ਡਰਾਈਵ ਹੋ ਗਈ ਪਰ ਟ੍ਰਿਪ ਵਧੀਆ ਹੋ ਗਿਆ ਕਿਉਂ ਮਜ਼ਾ ਆ ਗਿਆ ਟ੍ਰਿਪ ਦਾ ਮਜ਼ਾ ਆ ਗਿਆ ਅੱਛਾ ਰਿਹਾ ਟ੍ਰਿਪ ਬਸ ਰੋਟੀ ਖਾ ਕੇ ਆਪਣੇ ਆਪਣੇ ਘਰਾਂ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਮਿਲਾਂਗੇ ਇੱਕ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਸਰ ਓਕੇ ਗਾਈਸ ਬਾਏ ਬਾਏ ਕਰਨਾ ਜੀ ਬਾਏ ਬਾਏ ਕਰ ਦੋ ਫਿਰ ਮਿਲਦੇ ਨੈਕਸਟ ਵਲੌਗ ਮੇਂ ਓਕੇ ਬਾਏ ਗਾਈਸ ਟੇਕ ਕੇਅਰ ਗੁੱਡ ਨਾਈਟ ਸੀ ਯੂ ਆਲ